بسم الله الرحمن الرحيم بلند سلام لڑے بندہ تیار کوئی نہیں
ਇੱਕ ਜੱਜ ਨੇ ਮੈਨੂੰ ਇਸ ਗੱਲ ਤੋਂ ਬਰੀ ਕੀਤਾ, ਮੇਰੇ ਖਿਲਾਫ਼ ਇੱਕ ਪਰਚਾ ਹੋਇਆ ਹੈ। ਪਿੱਛੇ ਜੀ ਜਗ੍ਹਾ ਵੀ ਨਹੀਂ ਦੱਸਣੀ ਸੀ, ਨਾਮ ਨਹੀਂ ਦੱਸਣਾ, ਕਿਉਂਕਿ ਵਿੱਚ ਹੀ ਮੋਬਾਈਲ ਲੈ ਕੇ ਬੈਠੇ ਜਿਹਨਾਂ ਦੱਸ ਸਕਦਾ ਮੈਂ ਗੱਲ ਆ। ਉਸ ਮੈਨੂੰ ਇਸ ਗੱਲ ਤੋਂ ਛੱਡ ਦਿੱਤਾ। ਮੌਲਵੀ ਨੂੰ ਪੁੱਛਿਆ ਵੀ ਖੈਬਰ ਦੇ ਵਿੱਚ 39 ਦਿਨ ਬੰਦਾ ਮਰਿਆ, ਉਹਨਾਂ ਕਿ ਜੀ ਖੈਰ ਉਹ ਕੋਈ ਨਾ। ਮੈਂ ਕਿਹਾ ਜੀ ਬੰਦਾ ਕੋਈ ਮਰਿਆ ਤੇ ਇਸੇ ਮੌਲਵੀ ਕੋਲ ਪੁੱਛੋ ਉੱਥੇ ਕਰਦੇ ਕੀ ਰਹਿ ਗਏ। ਤੇ ਜੇ ਅਸੀਂ ਆਖੀ ਅਲੀ ਫਾਤੇ ਇਹ ਵੀ ਨਹੀਂ ਮੰਨਦੇ ਤੇ ਅਲੀ ਦਾ ਖਾ ਕੇ ਅਲੀ ਆ ਗਏ ਖੈਬਰ ਦੇ ਵਿੱਚ। ਖੈਬਰ ਚ ਆਏ ਨੇ, ਅਜੇ ਮੈਦਾਨ ਚ ਨਹੀਂ ਆਏ। ਖੈਬਰ ਸ਼ਹਿਰ ਹੈ, ਮੈਦਾਨ ਵੱਖਰਾ ਹੈ, ਜਿੱਥੇ ਇਹਨਾਂ ਦੇ ਮਾਲੇ, ਇੱਥੇ ਉਹਨਾਂ ਦੇ ਮਾਲ, ਇੱਧਰ ਮਾਰਾ ਪਿੰਡ ਬਰਾਦਰਾਂ ਦੇ ਮਕਾਨ ਨੇ, ਮਾਲ ਨੇ। ਇੱਥੋਂ ਇੱਥੇ ਆਉਂਦਾ, ਬਾਰਿਸ਼ ਨੂੰ ਉਗੜਦਾ, ਹੁਣ ਸੈਰ ਕਰਦਾ, ਪਿੱਛੇ ਟੁੱਟ ਜਾਂਦਾ। ਅਲੀ ਬਾਦਸ਼ਾਹ ਆ ਗਏ, ਨਬੀ ਹੱਥ ਬੁਲੰਦ ਕੀਤੇ, ਅਲੀ ਹੱਥ ਨੀਵੇਂ ਕੀਤੇ। ਕਹਿਣਾ ਤੇ ਬਾਦਸ਼ਾਹ ਫਰਮਾਇਆ, ਅੱਜ ਪਹਿਲੀ ਵਾਰ ਕਿ ਮੈਂ ਤੈਨੂੰ ਲੈ ਕੇ ਨਹੀਂ ਮਿਲ ਰਿਹਾ, ਮੈਨੂੰ ਲਾਹਣ ਦਾ ਆਡਾ ਨਾ ਦੇ। ਅਲੀ ਗੱਲ ਅਲੀ ਮੈਨੂੰ ਮਾਲਾ ਲਾਹਣ ਦਾ ਆਡਾ ਨਾ ਦੇ, ਤੁਸੀਂ ਮੈਨੂੰ ਆਖਣਾ ਲੈ, ਮੇਰੇ ਤੇ ਵਾਜਬ ਹੈ ਮੈਂ ਲੈ, ਹੱਥ ਮੈਂ ਤੇਰੇ ਚੁੰਮ ਲੈ, ਮੈਨੂੰ ਨਾ। ਪਾਣੀ ਪੀਣ ਦੇ ਟਾਈਮ ਵਿੱਚ ਉੱਥੇ ਜਾਵਾਂਗਾ ਸਲਮਾਨ ਦੇ ਖੈਮੇ 'ਚ, ਉੱਥੇ ਪਾਣੀ ਪੀਵਾਂਗਾ, ਫਿਰ ਉੜਾਵਾਂਗਾ, ਫਿਰ ਜ਼ਮੀਨ 'ਤੇ ਪਵਾਂਗਾ, ਪਹਿਲੇ ਦਿਨ ਗਰਮੀ ਹੱਥ ਲਾਵਾਂਗਾ। ਮੇਰਾ ਦਿਲ ਸਾਰੇ ਕੰਮ ਮੈਂ ਆ ਕੇ ਕਰ ਲਵਾਂ, ਇਸ ਟਾਈਮ ਵਿੱਚ ਮੈਂ ਤੇਰੇ ਥੋੜ੍ਹੇ ਜਿਹੇ ਰਿਸ਼ਤੇਦਾਰ ਗਨੀ ਨਾ ਬਣਾ ਲਵਾਂ। ਕਿਉਂ ਸਰਦਾਰ ਸਾਹਿਬ ਬੋਲ ਦਿੰਦੇ ਹੋ, ਸਮਝ ਨਹੀਂ ਅੱਜ ਕੱਲ੍ਹ ਮੇਰੀ ਆ ਰਹੀ ਹੈ ਬੋਲ ਦਿੰਦੇ ਜ਼ਿੰਦਗੀ ਦੇ ਨਾਲ। ਹਾਂਜੀ ਸ਼ਾਹ ਜੀ ਭਾਈਜਾਨ ਇਹ ਕੀ ਕਰਦੇ ਰਹੇ? ਕਹਿਣਾ ਤੇ ਬਾਦਸ਼ਾਹ ਫਰਮਾਇਆ ਮੈਂ ਚੱਲਿਆ, ਅਮਾਨ ਮੇਰੀ ਹਵਾਲੇ ਖੁਦਾ ਦੇ। ਅਲੀ ਸਰਦਾਰ ਦਾ ਘੋੜਾ ਜਾ ਰਿਹਾ, ਇਹਨੂੰ ਇਮਾਮ ਮੰਨ ਆਏ, ਅਲੀ ਸਰਦਾਰ ਦਾ ਘੋੜਾ ਜਾ ਰਿਹਾ, ਪਿਛਲੇ ਬੰਦੇ ਪੈਦਲ ਅਲੀ ਵੀ ਜਾ ਰਿਹਾ, ਅੱਗ ਵੀ ਤੇਜ਼ ਹੈ, ਅਲੀ ਵੀ ਜਾ ਰਿਹਾ ਹੈ, ਅੱਗ ਦੇ ਉੱਤੇ ਆ ਕੇ ਅੱਬਾਸ ਦੇ ਬਾਬੇ ਘੋੜਾ ਖੜਵਾਇਆ। ਮੇਰਾ ਅੱਗਾ ਘੋੜੇ ਦੇ ਮੁੱਖਾਂ ਤੇ ਮੁੱਖ ਫਰਮਾਉਂਦੇ, ਅੱਜ ਖੱਬੀ ਅੱਡੀ ਲਾ ਕੇ ਆ, ਆ ਪਿਛਲੇ ਦੀ ਗੱਲ ਸੁਣਨਾ, ਇਹਨੂੰ ਇਮਾਮ ਆਦਮੀ ਜਿਹੜਾ ਜਾਨਵਰ ਨਾਲ ਵੀ ਗੱਲਾਂ ਕਰੇ, ਜਰਿੰਦਿਆਂ ਪਰਿੰਦਿਆਂ ਚਰਿੰਦਿਆਂ ਨਾਲ ਵੀ ਸਰਦਾਰ ਸਾਹਿਬ ਗੱਲਾਂ ਕਰੇ, ਇਸ ਨੂੰ ਇਮਾਮ ਆਦਮੀ। ਇਮਾਮ ਉਸ ਨੂੰ ਨਹੀਂ ਆਦ, ਤੂੰ ਇਮਾਮ ਦੀ ਡੈਫੀਨੇਸ਼ਨ ਨਹੀਂ ਕਰਨੀ ਕਰ ਸਕਦਾ, ਤੇਰਾ ਇਮਾਮ ਕਿਹੜਾ ਵਾ ਤੁਹਾਡਾ ਲੋਕ ਵਾਲਿਆਂ ਦਾ, ਆ ਲੋਕਾਂ ਵਾਲਿਆਂ ਦਾ ਕਿਹੜਾ ਇਮਾਮ ਹੋਣਾ ਜੀ? ਸੈਨਾ ਕੁਮਾਰ ਕੰਮ ਕੀ ਕਰਦਾ? ਸਾਰੀ ਦਿਹਾੜੀ ਮਿੱਟੀ ਢੋਂਦਾ, ਰਾਤੀ ਸਾਡੀ ਮਾਲ ਪੜਾਉਂਦਾ, ਹੱਥ ਲਗਾ ਕੇ ਪੂਰੇ ਮੁਲਕ ਦਾ ਮਜਮਾ। ਇਮਾਮ ਇਹ ਨਹੀਂ, ਇਮਾਮ 12 ਨੇ, ਅਲੀ ਦੇ 11 ਪੁੱਤਰ ਤੇ ਅਲੀ ਸਰਦਾਰ ਆਪ। ਇਮਾਮ ਉਸ ਨੂੰ ਆਦ ਨੇ ਜਿਹੜਾ ਪੀਂਘੇ 'ਚ ਹੋਵੇ ਤੇ ਖਿਦਰ ਨਬੀ ਨੂੰ ਪੈ ਤਬਦੀਲ ਕਰੇ। ਤੂੰ ਆਪੇ ਫੜ ਫੜ ਕੇ ਇਮਾਮ ਬਣਾਈ ਹੋਈ ਕਾਇਨਾਤ ਦੇ ਬਾਦਸ਼ਾਹ ਦਾ ਘੋੜਾ, ਤੇ ਤੇਰਾ ਮੂਡ ਕੀ ਹੈ? ਪਿਛਲੇ ਦਿਨ ਤੇ ਤੂੰ ਵੀ ਸੁਣਦਾ ਪਿਆ, ਤੇਰਾ ਮੂਡ ਕੀ ਹੈ? ਆਦਮ ਤੋਂ ਲੈ ਕੇ ਈਸਾ ਤੱਕ ਜਿਤਨੇ ਨਬੀ ਹੋਏ ਨੇ ਉਹ ਆਪਣੀਆਂ ਆਪਣੀਆਂ ਉਮਤਾਂ ਦੇ ਨਬੀ ਹੋਏ ਨੇ। ਅਲੀ ਤੇ ਅਲੀ ਦੇ 11 ਪੁੱਤਰ, ਚਰਿੰਦਰ ਦੇ ਇਮਾਮ, ਪਰਿੰਦਿਆਂ ਦੇ ਇਮਾਮ, ਹੈਵਾਨਾਂ ਦੇ ਇਮਾਮ, ਇਨਸਾਨਾਂ ਦੇ ਇਮਾਮ, ਕਾਇਨਾਤ ਦੇ ਬਾਦਸ਼ਾਹ ਫਰਮਾਇਆ ਫਿਰ ਤੇਰਾ ਕੀ ਮੂਡ ਹੈ ਤੇ ਤੁਹਾਡਾ ਮੌਲਾ? ਮੇਰਾ ਤਾਂ ਲੜਨ ਦਾ ਮੂਡ ਹੈ। ਅੱਛਾ ਫਿਰ ਮੇਰੀ ਅੱਜ ਵਾਗ ਚਾਹੋ ਤੇ ਸੱਜੀ ਅੱਡੀ ਇੱਕ ਵਾਰੀ ਫਿਰ ਲਾ, ਤੇ ਮੈਂ ਮਰ ਆਪਣੇ ਬਿਰਾਵਾਂ ਦੇ ਸੀਨੇ ਉੱਤੇ ਪੱਦਰ ਕਦਮ ਨਾ ਰੱਖਾਂ, ਮੇਰੀ ਜ਼ਮੀਨ 'ਚ ਬਾਣਾ ਚਾਹਤੇ ਵੀ ਚੌਲਾਨ ਦੀ ਤਾਲੀ ਬਾਦਸ਼ਾਹ ਨੇ ਇਹ ਦਰਵਾਜ਼ਾ ਇੱਥੇ ਆ ਕੇ ਘੋੜਾ ਰੋਕਿਆ, ਸਰਦਾਰ ਸਾਹਿਬ ਘੋੜਾ ਰੋਕਿਆ। ਇਮਾਮ ਦੀ ਨਿਸ਼ਾਨੀ ਹੈ ਕਦਮ ਜ਼ਮੀਨ 'ਤੇ ਲਾਵੇ, ਪੀਰ ਹਬੀਬ ਸ਼ਾਹ ਬਾਦਸ਼ਾਹ ਜ਼ਮੀਨ 'ਤੇ ਕੱਪ ਕੱਪੀ ਹੁੰਦੀ ਹੈ। ਇਹ ਤਾਂ ਜਦੋਂ ਹੁਣ ਵੀ ਪੜਿਆ ਤੇ ਕੱਲ੍ਹ ਵੀ ਪੜਿਆ, ਇਹਨਾਂ ਦੋ ਗੁਰਬਾਰੇ ਲਾਏ, ਮੈਂ ਪੜੇ ਨੇ ਤੇ ਮੈਂ ਤੇ ਅੱਜ ਹੀ ਆਈ ਤੇ ਅੱਜ ਹੀ ਜਾਣਾ, 15ਵੀਆਂ ਵੀ ਜਾਣੀ ਗੱਲ ਕੋਈ ਨਹੀਂ, ਮੈਂ ਮਜਲਿਸ ਪੂਰੀ ਪੜੀ। ਇੰਜ ਕਦਮ ਲਾਵੇ ਥੋੜਾ ਪਰ ਮਤੇ ਮਗਰੋਂ ਬਾਅਦ ਤੋਂ ਜੋ ਹੈ ਲਿਆਕਤ ਪਾਤਸ਼ਾਹ ਭਾਈ ਮੇਰੇ ਔਰ ਵੱਡੇ ਭਾਈ ਜਿਹਨਾਂ ਨਾਲ ਦੋ ਵਾਰੀ ਵੱਡੇ ਫਾਇਟ ਹੋਏ ਮਨ ਗੁਰੀ ਸਾਹਿਬ, ਮੈਂ ਬਹਿ ਜਾਣਾ ਚੁੱਪ ਕਰ, ਵੱਡਾ ਵਿਰਾਜ ਨਾਰਾਜ਼ ਨਾ ਅੱਲਾ ਜੀ ਨਾਰਾਜ਼ ਕੀਤੇ। ਇਮਾਮ ਪੈਰ ਲੈ ਵਿੱਚ ਹੀ ਕਰੇ
جی میں دس سمندوانا صاحب جی 1400 میرے بانی میں اوتھے بھکھاری پڑھی بھائی بھائی ضرور پڑھی توجہ ہے دعا کر دل کرکٹ نہ ہو کرکٹ نہ ہو توجہ ہے کائنات دے بادشاہ نے آ کے دروازے تے زین تو لکھے توجہ کری جگر چھوڑ کے ممبر تے رکھنا پیا انج پیر لایا کپ پی آئی آ ہاتھ نجومی دے موڈے تے اے ہاتھ دیوار تے تے جڑ کپ پی آئی تے مارا نجومی دا تے نہیں کچھ پیا ہوندا ہے ہائے ہائے دروازے بند کرتا ایک دروازہ چپ ٹھیک ہے تو جا رہے ہو سکے جمنا جمنی گل کو نہیں پہلوان دروازے پڑ چڑ دے ویک بندہ ایک کن نہیں ہو سکے بندہ بھی ایک تے انگل بھی ایک بندہ بھی ایک تے انگل بھی ایک تے ہو جاندے پیا ہو سکے چلو جان دے اینی گل تے یار دس اتاں گئی شے واپس ہوندی تھلے نہیں پیا ہوندا ہن میں تہاڈے امتحان نے تھلے نہیں پیا ہوندا نجومی ہاتھ بن گیا دا بندے دا پتر ہونا وی بن جا ہاتھ کمیاں دے نہیں سجداں دے لگے نے آسمان تک ستارہ زمین زد زمین موم ہو جاتی ہے اتفاق نال لگ گیا علی بادشاہ نے تیری زندگی ہوئی تیجا چوتھا پنجواں چھواں ستویں تے آگے نجومی آتا ہے میری چاپی دے میرے کپڑے دے نسن دا راہ دس اے اشارے کرتا ہے ستارے ٹرتے ہیں جو ہے کائنات بادشاہ آ گئے اور سکے نجومیاں ڈر گئے اور نجومیاں ڈر گئے دانی شہزادہ جب کہ نجومیاں ڈر گئے اس دکے میں نہیں ڈریا میں کیوں نہیں ڈریا میں تیرا نکھا دیا تے میں گلا سچیاں پہ کرنا تم بندے دا پتر ہے ہی نہیں کتے کھا چڑھنے گھوڑے کھا چڑھنے تیرا دماغ ہی پتہ نہیں کہ کڑے ہو سکے ہوئے میں ہوں اس وقت نا باری چ منہ کٹ کے ایک زین سے لگے گا باری ڈگ ہوں بریکی میں تھوڑی ویکھی کتوں تک تھوڑی پکڑے او باری ڈگ نجومی نو آدھا میں باری چ منہ کٹ کے سیاں نو کہا آوا اس نس جانا نجومی آدھا مرنی بچے پیو دے باری ڈگ گئی ہے تے او آ گئی ہائے سکے جانا امر جا گرفتار کر کے زندہ لیا علی نو گرفتار کری تے زندہ لیا سامنے آیا جان لے نہیں میرا نام تارے میرا نام امر ہے میں مر ہدا بھرا کون ہے تے شہنشاہ وہ ملدا ہے میرا نام اور دا مر ہے میں محمد دا بھرا سبحان اللہ
ਫਕਰ ਸ਼ਾਹ ਜੀ ਅੰਤਰਾਇਆ ਮਾਰਿਆ ਗਿਆ। ਇਹ ਲੰਬੀ ਚੌੜੀ ਗੱਲ ਇੱਥੇ ਨਹੀਂ ਮੈਂ ਕਰਦਾ, ਤੇ ਜੇ ਕਿਸੇ ਹੋਰ ਸ਼ੁਰੂ ਕੀਤੀ ਤੇ ਮੈਂ ਇਹ ਕਰਾਂਗਾ ਵੀ ਜਿਹੜੀਆਂ ਇੱਥੇ ਉੱਥੇ, ਠੀਕ ਹੈ ਨਾ। ਗੱਲ ਨਹੀਂ ਬੜੀ ਤਰੀਕੀ ਹੋ ਗਈ, ਇੱਥੇ ਮਜਲਿਸ ਪੜ੍ਹਨ ਡਿਗਰੀ ਮਿਲੇ, ਅਗਲਾ ਘਰ ਪੜ ਜਾਂਦੀ, ਅਗਲਾ ਉੱਠ ਕੇ ਰੌਣ ਪੜ ਛੱਡ ਨਵਾਂ ਚੁਮੜਾ ਗੌਰ ਕਰੇ। ਤਵਜੋ ਹੈ, ਅਲੀ ਦੇ ਸਾਹਮਣੇ ਮਾਰਾ ਬਾਪ ਆਇਆ, ਦੋ ਬਰਾ ਮਾਰੇ ਗਏ, ਦਸ ਬੜੀ ਸੋਹਣੀ ਜੀ ਗੱਲ ਸੁਣਾ ਜਾਓ। ਜਿਹੜੇ ਸਰਕਾਰੇ ਹਜ਼ਰਤ ਸਫੀਆ ਸਲਾਮੁਲਲਾਹ ਅਲੈਹਾ ਮਹਾਰਾਜ ਦੀ ਭੈਣ ਜਿਹੜੇ ਲਾਸ਼ਾਂ ਤੇ ਆਈ ਹੈ ਨਾ, ਤੇ ਵੇਖਿਆ ਮੈਂ ਮੇਰੇ ਬਰਾ ਟੁੱਟੇ ਨਹੀਂ, ਤੇ ਨਬੀ ਪਾਕ ਦੇ ਪਰਦੇ ਕਰੀਬ ਆ ਕੇ ਅਸਬਾਨ ਕਿਹਾ ਜੀ ਮੈਨੂੰ ਸਭ ਤੋਂ ਭੈਣ ਉਹ ਸਰਦਾਰ ਤੇ ਸਫੀ ਜੂ ਦਾ ਪੁੱਤਰ ਵਿਖਾ ਜਿਸ ਮਾਰਨ ਦੇ ਬਾਅਦ ਲੁੱਟਿਆ ਨਹੀਂ। ਖੈਬਰ ਵਿੱਚ ਸ਼ਾਦੀ ਅਲੀ ਮੌਲਾ ਦੀ ਨਹੀਂ, ਨਬੀ ਪਾਕ ਗੱਲ ਚੇਂਜ ਕਰਨਾ, ਪੁੱਛ ਲੈਣਾ ਜਿਹੜਾ ਬੰਦਾ ਕਿਤਾਬਾਂ ਪੜ੍ਹਦਾ ਉਹਨੂੰ ਪੁੱਛ ਲੈਣਾ ਸ਼ਾਦੀ ਕਿਹਦੀ ਹੈ। ਤਵੱਜੋ ਹੈ, ਮਾਰਾ ਬਾਪ ਆਇਆ, ਕਿਉਂ ਮਾਰੇ ਨੇ ਕੌਣ ਹੈ ਲਬਾਸਾ ਫਰਮੈਂਦਾ ਹੈ ਮੈਂ ਸਿਰ ਕੇ ਸ਼ਾਨੇ ਸਿਰ ਲਾ ਦੇਣਾ ਤੇ ਹਮ ਸਿਰ ਕਸ਼ਤੇ ਉਸਦਾ ਕੇ ਤੂੰ ਦੋ ਆਦੇ ਭਾਵੇਂ ਦੋ ਲੱਖ ਹੋਵੇ ਮੈਂ ਦਿੰਦਾ ਇੱਕੋ ਹੀ ਵਾਰ ਚ ਮਾਰਿਆ ਤੈਨੂੰ ਪੱਗ ਲੱਗੀ ਸੀ ਜਦੋਂ ਬਿਜਲੀ ਬਣ ਕੇ ਤੇ ਚੱਲੀ ਅੱਜ ਮੇਰੀ ਤਲਵਾਰ ਮੈਂ ਅਰਬ ਦੇ ਸ਼ਾਹ ਇਮਰਾਨ ਦਾ ਚੰਨਾ ਮੇਰਾ ਨਾਮ ਉਹਦਾ ਜਲਸਾ ਆਈ ਲਾਹੌਰ ਰਾਤ 10 ਵਜੇ ਮੈਂ ਖੜਾ ਹੋਇਆ। ਇਹ ਮੈਂ ਕਸੀਦੇ ਦੇ ਸ਼ੇਰ ਜਿਹੜਾ ਜਨਾਬ ਨੂੰ ਸੁਣਾਉਣ ਲੱਗਾ, ਇਹ ਕਸੀਦੇ ਦਾ ਮੈਂ ਫਰਦੇ ਸਾਲੀ ਪੜੇ ਤੇ 50,000 ਦਾ ਮਜਮਾ ਖੜਾ ਹੈ। ਤੁਹਾਨੂੰ ਮੈਂ ਨਹੀਂ ਕਹਿੰਦਾ ਖੜੇ ਹੋ, ਤੁਸੀਂ ਸੁਣਦੇ ਸੋਹਣਾ ਪਏ ਹੋ ਤੇ ਕਮਾਲ ਪਾ ਕਰਦੇ ਹੋ ਸਕਦਾ ਮੈਂ ਮਸਾਇਬ ਹੀ ਨਾ ਪੜਾਂ। ਪਹਿਲੇ ਆ ਕੇ ਜੀ ਅੱਛਾ ਭਾਈ ਮੇਰੇ ਬਜ਼ੁਰਗ ਪੜ ਲੈ ਕਸੀਦੇ ਦੀ ਛੋੜ, ਠੀਕ ਹੈ ਨਾ, ਕਿਉਂਕਿ ਮਜਾਲਸ ਵੀ ਕਾਫੀ ਨਹੀਂ। ਹਾਂਜੀ, ਮਹਾਰਾਜ ਸਾਹਮਣੇ ਆਇਆ ਹੋ ਸਕੇ ਕਿਉਂ ਮਾਰੇ ਜਾਨ ਛੱਡੋ ਮੇਰੀ ਤਵੱਜੋ ਹੈ। ਉਹ ਤੇਰਾ ਨਾਂ ਕੀ ਹੈ? ਉਹਨੇ ਆਖਿਆ ਮਾਰਬ ਤੇ ਮੈਨੂੰ ਸਾਰਾ ਅਰਬ ਜਾਣਦਾ, ਮੈਨੂੰ ਸਾਰਾ ਮਾਰਬ ਜਾਣਦਾ, ਮੈਨੂੰ ਸਾਰਾ ਖੈਬਰ ਜਾਣਦਾ। ਮੇਰਾ ਨਾਮ ਮਾਰਬ ਹੈ, ਮੈਨੂੰ ਸਾਰਾ ਖੈਬਰ ਜਾਣਦਾ ਹੈ, ਮੇਰੇ ਤੋਂ ਵੱਡਾ ਬਹਾਦਰ ਇੱਥੇ ਕੋਈ ਨਹੀਂ। ਬੋਲ ਕੇ ਆ ਗਏ ਕੌਰਾਂ ਦੇ ਬਾਦਸ਼ਾਹ ਜੀ ਦਾ ਜਵਾਬ ਤਾਂ ਸੁਣਾਓ। ਤੈਨੂੰ ਜਾਣਦਾ ਖੈਬਰ ਜ਼ਰੂਰ, ਤੈਨੂੰ ਜਾਣਦਾ ਖੈਬਰ ਜ਼ਰੂਰ, ਮੈਨੂੰ ਸਾਰਾ ਜੱਗ ਜਾਣਦਾ ਹੈ, ਤੈਨੂੰ ਜਾਣਦਾ ਹੈ। ਤੇ ਮੈਂ ਵੇਖਣਾ ਕਿ ਲਾਹੌਰ ਵਾਲੇ ਤੇ ਬੜੀ ਪਜ਼ੀਰ ਆਈ ਸ਼ੇਰ ਮੁੱਖੀ ਸੀ। ਮੈਂ ਤੇ ਕਿਹਾ ਮੈਂ ਸਰਕਾਰ ਦੀ ਫਜ਼ਾਇਲ ਜੁੱਤੀ ਦਾ ਸਦਕਾ, ਕੁਛ ਵੀ ਨਹੀਂ, ਸਰਕਾਰ ਦੀ ਜੁੱਤੀ ਦਾ ਸਦਕਾ, ਬਾਦਸ਼ਾਹ ਦੇ ਫਜ਼ਾਇਲ ਸਦਕਾ, ਗੱਲ ਚ ਨਹੀਂ ਆਪਣੀ ਹਸੀਅਤ ਕੋਈ ਨਹੀਂ। ਮੈਂ ਵੇਖਣਾ ਕਿ ਤੁਸੀਂ ਕਿਵੇਂ ਸੁਣਦੇ ਹੋ। ਧਨ ਵਿੱਚ ਅੱਜ ਸ਼ੀਆ ਨੇ ਹਜ਼ਰਤ ਕਰਾਲ ਦਾ ਬਹੁਤ ਬੜਾ ਇਜਮਾ ਹੈ। ਸਾਬਰ ਹੁਸੈਨ ਮੌਲਾ ਸਿੱਧਕ ਅਮਲਾ ਦਾ ਫਰਮਾਵੇ, ਮੇਰੇ ਬਜ਼ੁਰਗ ਨੇ ਪੁੱਤਰਾਂ ਨੂੰ ਸਲਾਮਤ ਰੱਖੇ, ਸੈਯਦ ਅਲੀ ਅਹਿਮਦ ਸ਼ਾਹ ਅਮਲਾਨੀ, ਸਰਦਾਰ ਯਾਕੂਬ ਖਾਨ ਫਖਰ ਸ਼ਾਹ, ਸਾਦਾਤ ਦੇ ਦੀਗਰ ਸਾਦਾਤ, ਮੌਲਾ ਜ਼ਿੰਦਗੀ ਦਰਾਜ ਫਰਮਾਵੇ। ਜਾਵੇਦ ਖਾਨ ਸ਼ੇਰ ਸੁਣਨਾ ਜੀ, ਫਰਦੇ ਸਾਰੀ ਬੜੇ ਸਾਰੇ ਹੋ ਸਕਿਆ। ਮੈਂ ਇੰਜ ਕਰ ਦਿੰਦਾ, ਮੈਂ ਤਲਵਾਰ ਮਾਰਾਂ ਪਹਾੜ ਛੋਟੇ ਹੋ ਜਾਂਦੇ, ਬਾਦਸ਼ਾਹ ਫਰਮਾ ਜਾ ਤੈਨੂੰ ਜਾਣਦਾ ਖੈਬਰ ਜ਼ਰੂਰ, ਮੈਨੂੰ ਸਾਰਾ ਜੱਗ ਜਾਣਦਾ, ਅੱਲਾ ਮੇਰੇ ਉੱਤੇ
سپیکر ٹھیک ہو گیا تھے توجہ ہے سرکار فرمائے جڑا شعر ہے او انج لگدا ہے بھائی جویں پھلاں دی برسات چھیا نے اندے کران تے ایڈا سن لے بادشاہ فرمایا چلا جا ان بچے نے ایک منٹ بال پہ ایک منٹ باؤس ہون آ جا چلا جا نہیں تے بڑا پچھتاوے گا پچھتاوے گا میرے حملے کو کیویں تو بچاوے گا بچاوے گا او میرا جنوا نہیں سانسا کو تو سیدے دا شعر ایک بند تے دو زیادہ پڑھ لو کیونکہ نہ لوکاں میں سنے پتہ ہے صلوات سارے بابا دے نال نہیں علی سرکار دا فرزند عباس سرکار میں اج بالکل سی میں ایڈا سونا شیر پڑھ وہ بھی پڑھ دینا یہ بھی ایک شیر پڑھ دینا ایک شیر ایسا پڑھ دینا ٹھیک ہے جی آلیا سین کے ہاتھوں سے سرکار پاس ہیں جڑے پاس بادشاہ انج کر کے سلام کر کے رات میں جہاں پرچھاوے تو بھی نہیں لگتا میں وہ بندہ ہوں پوچھنا کہ وہ آ بندے جڑے عباس لمبے کے جھک جاتے ہیں عباس سرکار آلیا سین نے ملائکہ رک رک کے قرآن جنت جھک جھک کے ملنگا دیا دھمالا نے عرش ہلا دیتا عرش ہلا دیا دھمالا نے فرش ہلا دیتا ہویا کی آلیہ دے ہاتھ عباس ہے ساریاں سینی نے جٹھا ساریاں سینی نے ہاتھ سر چمیاں سرکار فضا نے ویکھ جڑی گل کیتی علی دی تصویر ویکھ کے سارے پرانے جنت جا جا کے سلام کر کر کے آلے کیا پہن ہویا کیا ہے ہویا کیا ہے رستم کا بدن زیر کفن کانپ رہا ہے کیوں علی دی تصویر شماؤں ایک بہادر ہے یہودیاں دا جے دے مقابلے دا اس دور چ بہادر کوئی نہیں روم چ منگایا گیا لینے شام میں منگا کے آکھیا با اے جائیداد رائے دی اے بسرے دی واپسی دے دے سن رائے دی جو ہندا سکا کرنا کی ہے اس اگر مدینے دے ایک پہلوان ہے جدا نا علی ہے ان مارنا اس کو مسئلے کو او مدینے آ گیا وہ دا گیٹ اپ کی ہے ہتھا نال سنگل بڑے موٹے پیروں نال سنگل تریکدا آ رہا دہشت دی علامت بڑی ہے زرہ تیر ترکش کمان دے
نیزے تلوار مدینے داخل ہویا گلی والے چوک چاہے بچے کھیلتے پہ مدینے بچے ویک کے نس گئے ایک شہزادہ رکھنا رہا بچے دوجے نس گئے نے توں کیوں نہیں نسیا اس کیا ضرورت زیادہ لمیا میں نسن والے پتر ہی نہیں بچہ دے کوئی نیڑے آیا پہ کہتا ہے اچھا گل سن یار میری ایتھے ایک پہلوان ہے جہاں نام لیے لطف لینا لیے ان جاننا عباس گل کرنا جاننا اچھا مرسی کتنے جملہ تھوڑے مزاج ہے شہر چ جملہ نہیں سنیا جا رہا بندے سمجھ سکتے مرسی کتنے ہمدانی سردار لاجپال فرماندن تھوڑا جہا تو تین اتھی مل جائے گا سر کے جا تھوڑا جہا تو تین اتھی مل جائے گا باقی رن کی کسر چونکہ تو شکار ہوتا ہے ورنہ تینوں میں ہی نہیں جانا اے سامنے گڑی اتو موڑ آؤ موڑ تو آج اسے اگے بڑی ویلی جی دے لکھا ہوتا حویلی ہے ابو تالہ وہ جڑا بڑی تلوار تے تلوار جوڑی چ رکھ کے بیٹھے ہوا وہ علی ہے وہ انٹرون مہربانی آ مہربانی تیری انٹرون میں گس کر دسنا سر میں مہربانی آئی تھوڑا جہاں جڑا تو بادشاہ نے اتنے پیر رکھنا سکنا پیر رکھے تو زور لائے کوئی نہ اتے کلوتی ایک بی بی اپنے بنے انہوں دا بی بی لے جا میرا منڈا سنگل دا تیری کندھ نال پھس گیا ہے میں چھکنا ہے تو مرنا ہے تو ڈھانا ہے کنا ڈگنی ہے چھت ڈگنا ہے اس اگر مرنی شہزادہ پیو دے بچرے اور سونے جہ شہزادے سونا جہ ڈگا جہ پیر اتنے رکھے